ਅਸਲਾਮ ਵਾਲੇਕੁਮ ਦੋਸਤੋ, ਤੁਸੀਂ ਦੇਖਦੇ ਪਏ ਨਰਵਲ ਟਰੈਕਟਰ ਯੂਟਿਊਬ ਚੈਨਲ ਤੇ। ਮੈਂ ਅੱਜ ਆਪਣੇ ਦੋਸਤਾਂ ਵਾਸਤੇ ਜਿਹੜਾ ATS ਟਰੈਕਟਰ ਦੀ ਨਈ ਕੀਮਤਾਂ ਦੀ ਬਾਰੇ ਮਲਮਤ ਲੈ ਕੇ ਆਇਆ। ਤੇ ਅੱਜ ਦੋਸਤੋ ਤੁਸੀਂ ਦੇਖਦੇ ਪਏ ਹੋ ਕਿ ਜਿਹੜਾ ATS ਟਰੈਕਟਰ ਤੇ ਨਵੀਂ ਕੰਪਨੀ ਆ, ਤੇ ਇਹਦੇ ਬਾਰੇ ਦੱਸਦੇ ਆ ਦੋਸਤਾਂ ਨੂੰ। ਕਈ ਦੋਸਤ ਸਾਨੂੰ ਫੋਨ ਕਰਕੇ ਪੁੱਛਦੇ ਨੇ ਇਹਦੀ ਮਾਲੂਮਾਤ ਦਿਓ, ਇਹਦੀ ਕੀਮਤ ਦੱਸੋ, ਤੇ ਇਹਦੀ ਸਾਰੀ ਕੀਮਤ ਦੋਸਤਾਂ ਨੂੰ ਦੱਸਦੇ ਆ ਕਿਉਂਕਿ ਇਹ ਨਵੀਂ ਕੰਪਨੀ ਆ ਤੇ ਬੁਕਿੰਗ ਤੇ ਇਸ ਟਾਈਮ ਇਹ ਕੰਪਨੀ ਚੱਲਦੀ ਪਈ ਆ। ਤੇ ਬਕਾਇਆ ਜਿਹੜੇ ਦੋਸਤ ਸਾਡੇ ਯੂਟਿਊਬ ਚੈਨਲ ਤੇ ਨਵੇਂ ਨੇ, ਸਾਡੇ ਯੂਟਿਊਬ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਨਵੀਂ ਤੋਂ ਨਵੀਂ ਵੀਡੀਓ ਜਿਹੜੀ ਦੋਸਤਾਂ ਤੱਕ ਪਹੁੰਚਦੀ ਰਹੇ ਟਰੈਕਟਰਾਂ ਦੇ ਬਾਰੇ। ਪੁਰਾਣੇ ਟਰੈਕਟਰ 385, 240, 375, 60 ਕਿਸੇ ਦੋਸਤ ਨੂੰ ਚਾਹੀਦਾ ਹੋਵੇ ਸਾਡੇ ਯੂਟਿਊਬ ਚੈਨਲ ਤੇ ਮੌਜੂਦ ਆ, ਕਿਸੇ ਦੋਸਤ ਨੂੰ ਜ਼ਰੂਰਤ ਹੋਏ ਕਿਸੇ ਟਰੈਕਟਰ ਦੀ, ਉਹ ਸਾਡੇ ਨਾਲ ਰਾਬਤਾ ਕਰ ਸਕਦਾ। ਤੇ ਬਕਾਇਆ ਆ ਜਾਓ, ਇਹ ਟਰੈਕਟਰ ਦੀ ਮਾਲੂਮਾਤ ਦਿੰਦੇ ਹਾਂ ਦੋਸਤੋ। ਇਹ 82 HP ਦੇ ਵਿੱਚ ਕੰਪਨੀ ਦਾ ਕਹਿਣਾ ਕਿ ਟਰੈਕਟਰ ਆ, ਤੇ ਦੋ ਮਾਡਲ ਇਹਨਾਂ ਨੇ ਲਾਂਚ ਕੀਤੇ ਨੇ। ਕਈ ਦੋਸਤ ਮੈਨੂੰ ਇਹ ਵੀ ਕਾਲ ਕਰਕੇ ਪੁੱਛਦੇ ਨੇ ਕਿ ਸਾਨੂੰ ਮੈਸੀ ਦੇ ਮੁਕਾਬਲੇ ਜਿਹੜਾ 60 HP ਆ ਟਰੈਕਟਰ, ਉਹਦੇ ਬਾਰੇ ਵੀ ਮਾਲੂਮਾਤ ਦਿਓ। ਦੋਸਤੋ ਉਹ ਟਰੈਕਟਰ ਇਸ ਟਾਈਮ 50 HP, 60 HP 'ਚ ਕੋਈ ਟਰੈਕਟਰ ਨਹੀਂ ਉਹਨਾਂ ਨੇ ਅਜੇ ਲਾਂਚ ਕੀਤਾ। ਸਿਰਫ ਇਹ ATS ਟਰੈਕਟਰ ਜਿਹੜਾ ਆਪਣਾ 85 ਦੇ ਮੁਕਾਬਲੇ ਇਹਨਾਂ ਨੇ ਦੋ ਮਾਡਲ ਲਾਂਚ ਕੀਤੇ ਨੇ, ਇੱਕ 75 HP ਦੇ ਵਿੱਚ ਅਤੇ ਇੱਕ ਜਿਹੜਾ ਸਮਝ ਲਓ ਕਿ ਆਪਣਾ 85 HP ਦੇ ਵਿੱਚ। ਲੇਕਿਨ ਦੋਵਾਂ ਟਰੈਕਟਰਾਂ ਦੀ ATS ਦੇ ਜਿਹੜੇ ਦੋਵੇਂ ਸਾਦਾ ਸਪੈਸ਼ਲ ਮਾਡਲ ਨੇ, ਇਹਨਾਂ ਦੀ ਹਾਰਸ ਪਾਵਰ 82 ਆ। 82 HP ਦੇ ਟਰੈਕਟਰ ਨੇ ਦੋਵੇਂ, ਇੱਕ ਸਿਰਫ ਸਾਦੇ 'ਚ ਅਤੇ ਸਪੈਸ਼ਲ 'ਚ ਤੁਹਾਨੂੰ ਫਰਕ ਦੱਸਦੀ ਹੈ। ਜਿਹੜਾ ਸਾਦਾ ਉਹਨੂੰ 16 ਦੇ ਟਾਇਰ ਨੇ, ਉਹਦਾ ਪ੍ਰੈਸ਼ਰ ਸਟੇਰਿੰਗ ਜਿਹੜਾ ਉਹ ਆਮ ਹੈ, ਜਿੱਦਾਂ ਆਪਣੇ ਪਹਿਲੇ 265, 285 ਆਉਂਦੇ ਸੀ ਬਾਹਰੋਂ। ਅਤੇ ਬਕਾਇਆ ਜਿਹੜਾ ਸਪੈਸ਼ਲ ਹੈ, ਇਹ ਨੂੰ ਥੋੜ੍ਹਾ ਜਿਹਾ ਲੁੱਕ ਵੀ ਚੇਂਜ ਹੈ, ਥੋੜ੍ਹੀ ਜਿਹੀ ਚੀਜ਼ਾਂ ਵੀ ਚੇਂਜ ਨੇ। ਬਕਾਇਆ ਇਹਨੂੰ ਜਿਹੜਾ ਉਹ ਪ੍ਰੈਸ਼ਰ ਸਟੇਰਿੰਗ ਹੈ, 18 ਦੇ ਟਾਇਰ ਨੇ, ਠੀਕ ਹੋ ਗਿਆ। ਅਤੇ 18 ਦੇ ਟਾਇਰ ਨਾਲ ਇਹ ਸਪੈਸ਼ਲ ਡੀਸ਼ਨ ਬਣ ਗਿਆ, ਇਹਨੂੰ ਥੋੜ੍ਹੀਆਂ ਚੀਜ਼ਾਂ ਵੀ ਹੋਰ ਲੱਗੀਆਂ ਹੋਈਆਂ। ਇਹਦੇ ਬਾਰੇ ਮਾਲੂਮਾਤ ਦੇਣੀ ਸੀ, ਹੋਰ ਚੀਜ਼ਾਂ ਵੀ ਅੱਛੀਆਂ ਨੇ। ਮਾਸ਼ਾਅੱਲਾ ਟਰੈਕਟਰ ਸਾਰਾ ਹੀ ਅੱਛਾ ਹੈ ਕਿਉਂਕਿ ਨਈ ਕੰਪਨੀ ਹੈ, ਅੱਛਾ ਕੰਮ ਕਰਦੀ ਪਈ ਹੈ। ਜ਼ਿਮੀਂਦਾਰਾਂ ਦੀ ਰਾਏ ਦੇ ਮੁਤਾਬਕ ਉਹ ਟਰੈਕਟਰ ਲੈ ਕੇ ਆ ਰਹੀ ਹੈ। ਜਿਸ ਤਰ੍ਹਾਂ ਦੀ ਟਰੈਕਟਰ ਦੀ ਜ਼ਿਮੀਂਦਾਰ ਨੂੰ ਜ਼ਰੂਰਤ ਹੀ ਨਾ, ਉਂਝ ਦਾ ਹੀ ਟਰੈਕਟਰ ਮਾਰਕੀਟ ਦੇ ਵਿੱਚ ਉਹਨਾਂ ਨੇ ਲੈ ਕੇ ਆਏ ਨੇ। ਜਿਹੜੇ ਟਰੈਕਟਰ ਉਹਨਾਂ ਫੀਲਡ ਦੇ ਵਿੱਚ ਪਹਿਲਾਂ ਦਿੱਤੇ ਨੇ, ਉਹ ਟਰੈਕਟਰ 8 ਲੀਟਰ ਤੇਲ ਤੋਂ ਉਹਨਾਂ ਨੇ ਫੀਲਡ 'ਚ ਜਾ ਕੇ ਜ਼ਿਮੀਂਦਾਰਾਂ ਦੀ ਰਾਏ ਦੇ ਮੁਤਾਬਕ ਉਹ 10 ਲੀਟਰ ਤੇਲ ਕਰ ਦਿੱਤਾ। ਅਤੇ 10 ਲੀਟਰ ਤੇਲ ਨਾਲ ਉਹਨਾਂ ਨੇ ਏਅਰ ਕੂਲਰ ਲਾਇਆ, ਏਅਰ ਕੂਲਰ ਨਾਲ ਇੰਜਨ ਦੀ ਲਾਈਫ ਹੋਰ ਵੱਧ ਗਈ ਹੈ, 2 ਏਅਰ ਕੂਲਰ ਹੋ ਗਏ ਨੇ। ਬਕਾਇਆ ਇਹਦੀ ਜਿਹੜੀ ਲੰਬਾਈ ਚੈੱਕ ਕਰੀਏ ਤਾਂ ਮੈਸੀ ਫਰਗੋਸਨ ਦੇ ਟਰੈਕਟਰ ਨਾਲੋਂ ਇਹਦੇ ਲੰਬਾਈ ਵੀ ਜ਼ਿਆਦਾ, ਅਤੇ ਇਹਦਾ ਇੰਜਨ ਵੀ ਸਾਰਾ ਕੁਛ ਹੀ ਸਮਝ ਲਓ ਉਹਦੇ ਨਾਲੋਂ ਕਿਤੇ ਮੈਸੀ ਫਰਗੋਸਨ ਦੇ ਟਰੈਕਟਰ ਨਾਲੋਂ ਚੰਗਾ। ਅਤੇ ਬਕਾਇਆ ਇਹਦੀ ਕੀਮਤਾਂ ਦੇ ਬਾਰੇ ਦੱਸ ਦਈਏ ਦੋਸਤੋ, ਕੀਮਤਾਂ ਪਹਿਲਾਂ ਜਦੋਂ ਇਹ ਲਾਂਚ ਹੋਈ ਸੀ, ਅੱਜ ਤੋਂ 2-4 ਮਹੀਨੇ ਪਹਿਲਾਂ ਦੀ ਗੱਲ ਹੈ, ਉਦੋਂ 31 ਲੱਖ ਅਤੇ ਕੁਛ ਪੈਸੇ ਜਿਹੜੇ ਸਪੈਸ਼ਲ ਐਡੀਸ਼ਨ ਦੀ ਬੁਕਿੰਗ ਪ੍ਰਾਈਜ਼ ਸੀ, ਅਤੇ ਜਿਹੜਾ ਸਾਦਾ ਸੀ ਉਹਦੀ 28 ਲੱਖ ਅਤੇ ਕੁਛ ਪੈਸੇ ਜਿਹੜੀ ਹੈ ਨਾ ਉਹ ਸਾਦੇ ਦੀ ਬੁਕਿੰਗ ਪ੍ਰਾਈਜ਼ ਸੀ। ਅਤੇ ਜਿਹੜੇ ਦੋਸਤ ਮੈਨੂੰ ਫੋਨ ਕਰਕੇ ਪੁੱਛਦੇ ਨੇ, ਰਾਬਤਾ ਕਰਦੇ, ਮੈਸੇਜ ਕਰਦੇ ਨੇ ਕਿ ਸਾਨੂੰ 50 HP, 60 HP ਦੇ ਟਰੈਕਟਰ ਦੇ ਬਾਰੇ ਮਾਲੂਮਾਤ ਦਿਓ। ਦੋਸਤੋ ਟਰੈਕਟਰ ਅਜੇ ਮਾਰਕੀਟ 'ਚ ਨਹੀਂ ਆਇਆ, ਕਿ ਜਿੱਦਾਂ ਵੀ ਆਏਗਾ ਤੁਹਾਡੇ ਨਾਲ ਉਹ ਵੀਡੀਓ ਸ਼ੇਅਰ ਕੀਤੀ ਜਾਏਗੀ, ਉਹ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕੀਤੀ ਜਾਏਗੀ। ਅਤੇ ਬਕਾਇਆ ਇਸ ਟਾਈਮ ਜਿਹੜੀ ਨਵੀਂ ਕੀਮਤ ਆ ਨਾ, ਜਿਸ ਤਰ੍ਹਾਂ ਮੈਸੀ ਫਰਗੋਸਨ ਦੇ ਟਰੈਕਟਰ ਮਹਿੰਗੇ ਹੋ ਗਏ ਨੇ, ਅਲਗਾਜ਼ੀ ਦੇ ਹੋ ਗਏ ਨੇ, ਅਤੇ ਬਕਾਇਆ ਇਹ ਕੰਪਨੀ ਵੀ ਆਪਣੇ ਟਰੈਕਟਰ ਮਹਿੰਗੇ ਕਰਨ ਦੀ ਸੋਚਦੀ ਪਈ ਆ, ਅਤੇ 1-2 ਦਿਨ 'ਚ ਇਹਨਾਂ ਦੀ ਵੀ ਰੇਟ ਲਿਸਟ ਆ ਜਾਏਗੀ, ਉਹਦੇ 'ਚ ਦੋਸਤਾਂ ਨੂੰ ਜਿਹੜਾ ਇਹਦੀ ਨਵੀਂ ਕੀਮਤ ਦੇ ਬਾਰੇ ਅਪਡੇਟ ਫਿਰ ਦੇ ਦਾਂਗੇ। ਇਸ ਟਾਈਮ ਇਹ ਕੰਪਨੀ ਨੇ ਜਿਹੜਾ ਬੁੱਕ ਕਰਦੀ ਪਈ ਆ, ਕੁਛ ਟਰੈਕਟਰ ਬਕਾਇਆ ਡਿਲੀਵਰੀ ਰੋਕੀ ਹੋਈ ਆ, ਬੁਕਿੰਗ ਰੋਕੀ ਹੋਈ ਆ, ਅਤੇ ਇਹੀ ਅਪਡੇਟ ਦੋਸਤਾਂ ਨੂੰ ਦੇਣੀ ਸੀ।